ਸੰਗਰੂਰ ਚ 23 ਜੂਨ ਨੂੰ ਹੋਣ ਵਾਲੀ ਲੋਕ ਸਭਾ ਦੀ ਜਿਮਨੀ ਚੋਣ ਦੇ ਸੰਬੰਧ ਵਿੱਚ ਸਾਰੀਆਂ ਪਾਰਟੀਆਂ ਨੇ ਸਿਆਸੀ ਕਮਰਕਸੇ ਕੀਤੇ ਹੋਏ ਹਨ। ਹਾਲਾਂਕਿ ਅਜੇ ਤੱਕ ਕਿਸੇ ਉਮੀਦਵਾਰ ਦਾ ਐਲਾਨ ਤਾਂ ਨਹੀਂ ਹੋਇਆ ਹੈ, ਪਰ ਜੇਕਰ ਗੱਲ ਆਮ ਆਦਮੀ ਪਾਰਟੀ ਦੀ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਹਲਕਾ ਸੰਗਰੂਰ ਦੇ ਵਲੰਟੀਅਰਾਂ ਵੱਲੋਂ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਦੇ ਪੋਸਟਰ ਵੱਖ ਵੱਖ ਥਾਵਾਂ ਤੇ ਲਗਾ ਦਿੱਤੇ ਗਏ ਹਨ, ਜਿਸ ਦੇ ਉੱਪਰ ਵੱਖ ਵੱਖ ਸਲੋਗਨ ਲਿਖੇ ਗਏ ਹਨ ਕਿ ਇਸ ਵਾਰ ਮਨਪ੍ਰੀਤ ਕੌਰ ਦੀ ਵਾਰੀ ਹੈ ਅਤੇ ਸਾਡੀ ਭੈਣ ਬਣੇਗੀ ਸੰਗਰੂਰ ਤੋਂ MP। ਅਜਿਹੇ ਵੱਖ ਵੱਖ ਤਰ੍ਹਾਂ ਦੇ ਸਲੋਗਨ ਇਹਨਾਂ ਪੋਸਟਰਾਂ ਦੇ ਉੱਪਰ ਲਿਖੇ ਗਏ ਹਨ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਇਸ ਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਉੱਧਰ ਵਿਰੋਧੀ ਪਾਰਟੀਆਂ ਇਸ ਮੁੱਦੇ ਤੇ ਭਗਵੰਤ ਮਾਨ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਭਗਵੰਤ ਮਾਨ ਪਰਿਵਾਰਵਾਦ ਦੀਆਂ ਹਮੇਸ਼ਾ ਗੱਲਾਂ ਕਰਦੇ ਆਏ ਹਨ, ਪਰ ਖੁਦ ਆਪਣੇ ਹੀ ਪਰਿਵਾਰ ਨੂੰ ਪ੍ਰਮੋਟ ਕਰ ਰਹੇ ਹਨ, ਜਦਕਿ ਇਹ ਪੋਸਟਰ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਲਗਾਏ ਗਏ ਹਨ। ਲਹਿਰਾ ਗਾਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵਰਿੰਦਰ ਕੁਮਾਰ ਗੋਇਲ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਸਾਰੇ ਮਾਮਲੇ ਤੇ ਗੱਲਬਾਤ ਕੀਤੀ ਹੈ। ਸਿੰਘ ਜੀ, ਆਪਾਂ ਗੱਲ ਕਰੀਏ ਸੰਗਰੂਰ ਜਿਮਨੀ ਚੋਣ ਹੋਣ ਜਾ ਰਹੀ ਲੋਕ ਸਭਾ ਦੀ, ਤਾਂ ਉਸ ਤੇ ਮਨਪ੍ਰੀਤ ਕੌਰ ਜਿਹੜੇ ਭਗਵੰਤ ਮਾਨ ਦੇ ਭੈਣ ਨੇ, ਉਹਨਾਂ ਦੇ ਪੋਸਟਰ ਲੱਗਣੇ ਸ਼ੁਰੂ ਹੋ ਗਏ ਨੇ ਸੰਗਰੂਰ ਵਿਖੇ, ਤੁਹਾਨੂੰ ਕੀ ਲੱਗਦਾ ਉਸ ਸੰਬੰਧ? ਦੇਖੋ ਜੀ, ਮੈਨੂੰ ਤਾਂ ਲੱਗਦਾ ਹੈ ਕਿ ਇਹ ਕਿਸੇ ਨੇ ਫੇਕ ਬਣਾਏ ਹੋਏ ਲੱਗਦਾ, ਕਿਉਂਕਿ ਮਾਨ ਸਾਹਿਬ ਦੀ ਜਿਹੜੀ ਸੋਚ ਹੈ ਉਹ ਸ਼ੁਰੂ ਤੋਂ ਕਹਿੰਦੇ ਆ ਰਿਹਾ ਕਿ ਪਰਿਵਾਰਵਾਦ ਆਪਾਂ ਨੇ ਨਹੀਂ ਵਾੜਨਾ। ਸੋ ਮੈਨੂੰ ਨਹੀਂ ਲੱਗਦਾ ਕਿ ਮਾਨ ਸਾਹਿਬ ਦੀ ਭੈਣ ਉੱਥੋਂ ਚੋਣ ਲੜਨਗੇ, ਹੋ ਸਕਦਾ ਇਹ ਨਿਊਜ਼ ਫੇਕ ਹੋਵੇ। ਤਿਆਰੀਆਂ ਤਾਂ ਦੇਖੋ, ਫੌਜਾਂ ਤਾਂ ਹਰ ਟਾਈਮ ਤਿਆਰ ਹੀ ਰਹਿੰਦੀਆਂ ਨੇ, ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਸਧਾਰਨ ਵਰਕਰਾਂ ਦੀ ਪਾਰਟੀ ਹੈ ਅਤੇ ਲੋਕ ਹਿੱਤ ਸਭ ਤੋਂ ਅੱਗੇ ਲੈ ਕੇ ਪਾਰਟੀ ਚੱਲ ਰਹੀ ਹੈ ਅਤੇ ਸਾਰੇ ਵਰਕਰ, ਕਿਉਂਕਿ ਹਰ ਟਾਈਮ ਹਲਕੇ ਦੇ ਵਿੱਚ ਮੈਂ ਰਹਿੰਦਾ, ਸਾਰੇ ਵਰਕਰ ਬੜੀ ਸ਼ਿੱਦਤ ਨਾਲ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਸੀ ਅਤੇ ਪੂਰੀ ਤਨਦੇਹੀ ਦੇ ਨਾਲ, ਪੂਰੀ ਮਿਹਨਤ ਦੇ ਨਾਲ ਇਹ ਇਲੈਕਸ਼ਨ ਲੜਿਆ ਜਾਊਗਾ। ਉਹਦੇ ਵਿੱਚ ਕੀ ਮਨਪ੍ਰੀਤ ਕੌਰ ਜੋ ਭਗਵੰਤ ਮਾਨ ਦੀ ਭੈਣ ਹੈਗੀ ਆ, ਉਹਨਾਂ ਦੇ ਪੋਸਟਰ ਲਗਾਏ ਜਾ ਰਹੇ ਨੇ ਵੀ ਉਹਨਾਂ ਲੋਕ ਸਭਾ ਚੋਣ ਲੜ ਸਕਦੇ ਆ, ਕਿਸ ਤਰ੍ਹਾਂ ਦੇਖ ਰਹੇ ਹੋ ਵੀ ਹਜੇ ਐਲਾਨ ਹੋਇਆ ਨਹੀਂ, ਪਹਿਲਾਂ ਹੀ ਪੋਸਟਰ ਲੱਗਣੇ ਸ਼ੁਰੂ ਹੋਏ ਆ? ਦੇਖੋ, ਪੋਸਟਰ ਜੇ ਲਾਏ ਨੇ ਕਿਸੇ ਨੇ ਤਾਂ ਹਰ ਇੱਕ ਬੰਦੇ ਦਾ ਰਾਈਟ ਹੈ, ਹਰ ਇੱਕ ਵਰਕਰ ਨੂੰ ਆਪਦੀਆਂ ਭਾਵਨਾਵਾਂ ਜ਼ਾਹਰ ਕਰਨ ਦਾ ਅਧਿਕਾਰ ਆ। ਜੇ ਕਿਸੇ ਨੇ ਪੋਸਟਰ ਲਾਏ ਨੇ ਉਹਨਾਂ ਦੇ, ਉਹਨਾਂ ਨੇ ਇਹੀ ਲਾਏ ਹੋਣਗੇ ਕਿ ਉਹ ਕੈਂਡੀਡੇਟ ਹੋਣੇ ਚਾਹੀਦੇ ਆ, ਅਤੇ ਇਹ 'ਚ ਕੀ ਬੁਰਾਈ ਹੈ? ਕੋਈ ਵੀ ਇਲੈਕਸ਼ਨ ਲੜ ਸਕਦਾ, ਡੈਮੋਕ੍ਰੇਸੀ ਹੈ। ਸੋ ਜੇ ਸਰਦਾਰ ਭਗਵੰਤ ਸਿੰਘ ਮਾਨ ਦੀ ਭੈਣ ਜਿਹੜੀ ਮਨਪ੍ਰੀਤ ਕੌਰ, ਜੇ ਉਹ ਇਲੈਕਸ਼ਨ ਲੜਦੇ, ਕਿਉਂਕਿ ਉਹਨੇ ਤਜਰਬਾ ਵੀ ਹੋ ਗਿਆ ਹੁਣ ਇਸ ਇਲੈਕਸ਼ਨ ਦੇ ਵਿੱਚ, ਮੈਂ ਕਹਿ ਸਕਦਾ ਜਿਹੜਾ ਧੂਰੀ ਦਾ ਸਾਰਾ ਕੰਮ ਹੈ ਉਹ ਮਨਪ੍ਰੀਤ ਨੇ ਸਾਂਭਿਆ ਅਤੇ ਹੁਣ ਵੀ ਸਾਰੇ ਹਲਕੇ ਨੂੰ ਦੇ ਰਹੇ ਨੇ, ਕਿਉਂਕਿ ਮਾਨ ਸਾਹਿਬ ਦੀ ਤਾਂ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਹੈ। ਸੋ ਇਸ ਕਰਕੇ ਜੇ ਕਿਸੇ ਨੇ ਪੋਸਟਰ ਲਾਏ ਨੇ ਅਤੇ ਜੇ ਲੋਕਾਂ ਦੀ ਇਹ ਭਾਵਨਾ ਹੈਗੀ ਹੈ, ਜੇ ਉਹਨਾਂ ਨੂੰ ਟਿਕਟ ਮਿਲਦੀ ਹੈ, ਦੀ ਬੈਸਟ ਹੈ। ਪਰ ਪਾਰਟੀ ਦੇ ਹਜੇ ਐਲਾਨ ਨਹੀਂ ਕੀਤਾ, ਕਿਸੇ ਨੂੰ ਵੀ ਟਿਕਟ ਮਿਲ ਸਕਦੀ ਹੈ? ਹਾਂ ਹਾਂ, ਬਿਲਕੁਲ, ਇਹ ਪਾਰਟੀ ਹਾਈ ਕਮਾਂਡ ਨੇ ਫੈਸਲਾ ਕਰਨਾ, ਟਿਕਟ ਜਿਹਨੂੰ ਵੀ ਮਿਲੇ ਪਾਰਟੀ ਸਾਰੀ ਉਸ ਦੇ ਨਾਲ ਹੈ ਅਤੇ ਉਸੇ ਕੈਂਡੀਡੇਟ ਦੀ ਮਦਦ ਕੀਤੀ ਜਾਊਗੀ ਅਤੇ ਵੱਡੀ ਮਾਰਜਨ ਦੇ ਨਾਲ ਜਿੱਤਿਆ ਜਾਊ। ਪਰ ਸੰਗਰੂਰ ਦੇ ਵਿੱਚ ਇੱਕ ਨਵੀਂ ਚਰਚਾ ਹੋ ਰਹੀ ਹੈ, ਜਿਹੜੇ ਭਾਜਪਾ 'ਚ ਸ਼ਾਮਲ ਹੋਏ ਨੇ ਸੁਨੀਲ ਜਾਖੜ, ਉਹ ਵੀ ਸੰਗਰੂਰ ਤੋਂ ਚੋਣ ਲੜ ਸਕਦੇ ਆ। ਦੂਜੇ ਪਾਸੇ ਜਿਹੜੇ ਕਾਂਗਰਸ ਪ੍ਰਧਾਨ ਨੇ ਰਾਜਾ ਬੜਿੰਗ, ਉਹ ਵੀ ਸੰਗਰੂਰ ਤੋਂ ਚੋਣ ਲੜ ਸਕਦੇ ਆ, ਕਿਸ ਤਰ੍ਹਾਂ ਦਾ ਮੁਕਾਬਲਾ ਦੇਖੋਗੇ ਅਗਰ ਜੇ ਇਹ ਸਾਰੇ ਇੱਥੇ ਕੈਂਡੀਡੇਟ ਬਣਦੇ? ਕੁਛ ਨਹੀਂ, ਇਹ ਤਾਂ ਐਵੇਂ ਇਹਨਾਂ ਦੀਆਂ ਹੁਣ ਆ ਜਾਣ, ਪਤਾ ਲੱਗ ਜੂ, ਇਸ ਤਾਂ ਕਹਿੰਦੇ ਆ ਜਾਣ ਸਾਰੇ। ਬਾਕੀ ਉਹਨਾਂ ਦੀ ਆਪਦੀਆਂ ਪਾਰਟੀਆਂ ਨੇ, ਉਹਨਾਂ ਦਾ ਫੈਸਲਾ ਕਿੱਥੋਂ ਕਿਹਨੂੰ ਲੜਾਉਣਾ, ਜੇ ਇੱਥੇ ਲੜਦੇ ਨੇ ਲੜਨ ਆ ਕੇ ਸਾਰੀ ਗੱਲ ਸਾਫ਼ ਹੋ ਜੂਗੀ ਵੀ ਕੌਣ ਕਿੱਥੇ ਖੜੇ। ਇਹਨਾਂ ਦਾ ਸਾਰਾ ਆਧਾਰ ਖਤਮ ਹੈ, ਕਿਉਂਕਿ ਲੋਕ ਨਕਾਰ ਚੁੱਕੇ ਨੇ 92 ਸੀਟਾਂ ਜਿਹੜੀ ਵੱਡੀ ਮੈਜੋਰਿਟੀ ਆਮ ਆਦਮੀ ਪਾਰਟੀ ਨੂੰ ਦਿੱਤੀ ਹੈ ਅਤੇ ਆਮ ਆਦਮੀ ਪਾਰਟੀ ਲੋਕਾਂ ਦੀਆਂ ਆਸਾਂ 'ਤੇ ਪੂਰੀ ਉਤਰ ਰਹੀ ਹੈ। ਜੋ ਲੋਕ ਬਦਲ ਕਰਕੇ ਲੋਕਾਂ ਨੇ ਵੋਟ ਦਿੱਤੀ ਸੀ, ਅੱਜ ਲੋਕ ਬਦਲ ਮਹਿਸੂਸ ਕਰ ਰਹੇ ਨੇ। ਲੋਕ ਇਹ ਕਹਿ ਰਹੇ ਨੇ ਕਿ ਅਸੀਂ ਵੋਟ ਦੇ ਕੇ ਖੁਸ਼ ਹੋਏ ਹਾਂ, ਅਸੀਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਨਹੀਂ ਕਰ ਰਹੇ। ਸੋ ਇਸ ਕਰਕੇ ਸਾਰੇ ਲੋਕ ਤਾਂ ਬਾਗੋ ਬਾਗ ਹੋਏ ਨੇ। ਅੱਜ ਨਾ ਕਿਤੇ ਕੋਈ ਕਰਪਸ਼ਨ ਦਾ ਕੰਮ ਆ, ਨਾ ਕਿਤੇ ਕਿਸੇ ਅਫਸਰ ਦੀ ਗੈਰ ਹਾਜ਼ਰੀ ਆ, ਸਾਰਾ ਕੰਮ ਬੜਾ ਸਮੂਥਲੀ ਚੱਲ ਰਿਹਾ, ਲੋਕ ਬੜੇ ਖੁਸ਼ ਆ ਸਾਰੇ। ਸੰਗਰੂਰ ਤੋਂ ਮਨੋਜ ਮਹਿਤਾ ਦੀ ਰਿਪੋਰਟ, ਪੰਜਾਬ ਟੂਡੇ।